So welcome back guys, ਕੀ ਹਾਲ ਚਾਲ, ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ। ਸਿੱਧੂ ਮੂਸੇਵਾਲਾ ਵਰਸਸ ਕਰਨ ਔਜਲਾ ਆਲ ਰਿਪਲਾਈਜ਼ ਟੂ ਈਚ ਅਦਰ ਪਾਰਟ 2, ਯਾਨੀ ਕਿ ਜੋ ਆਪਾਂ ਲਾਸਟ ਵੀਡੀਓ ਬਣਾਈ ਸੀ 2019 ਜਾਂ 20 ਤੱਕ ਦੇ ਵਿੱਚ ਲਿੰਕ ਸੀਗਾ, ਬਟ ਇਹ 20 ਤੋਂ ਬਾਅਦ ਜਿੰਨੀ ਵੀ ਕੰਟਰੋਵਰਸੀਜ਼ ਹੋਈਆਂ ਹੁਣ ਤੱਕ 2022 ਅੱਜ ਦੀ ਡੇਟ ਤੱਕ ਉਹਦੇ 'ਚ ਆਲਮੋਸਟ ਇਹਦੇ 'ਚ ਹਰ ਚੀਜ਼ ਆ। ਅੱਜ ਦੇਖੀਏ ਕੀ ਚੀਜ਼ ਹੈ ਕਿ ਇਸ ਤੋਂ ਬਾਅਦ ਵੀ ਇਹਨਾਂ ਨੇ ਕੀ ਕੰਟਰੋਵਰਸੀ ਆਪਣੀ ਚਲਾਈ ਰੱਖੀ ਹੈ। ਦੇਖੀਏ, ਲੈਟਸ ਸਟਾਰਟ ਸਿੱਧੂ ਵਰਸਸ ਕਰਨ ਔਜਲਾ। ਇੱਕ ਦਿਨ ਤਾਂ ਧੋਖਾ ਕਰਨਾ ਛੱਡਣਾ ਹੀ ਪੈਣਾ। ਹਿਸਾਬ ਕਿਤਾਬ ਪਹਿਲਾਂ ਤੁਸੀਂ ਆਪਦਾ ਦੇਖੋ, ਤੁਹਾਡੀਆਂ ਤਾਂ ਇੰਟਰਵਿਊਆਂ ਪਈ ਜਾਂਦੀਆਂ ਲੋਕਾਂ ਤੇ ਵੀ 2 ਲੱਖ 2-2 ਲੱਖ 2.5 ਲੱਖ ਰੁਪਇਆ ਤੁਸੀਂ ਚੋਰੀ ਕਰਦੇ ਹੋ, ਕਮਾਲ ਗੱਲਾਂ ਕਰੀ ਜਾਂਦੇ ਹੋ ਬਾਈ। ਫਿਰ ਦੋਸਤੋ, ਸਿੱਧੂ ਨੇ 9 ਜੁਲਾਈ 2020 ਨੂੰ ਆਪਣੇ ਇੰਸਟਾਗ੍ਰਾਮ ਦੇ ਉੱਪਰ ਖੁਦ ਦੀ ਇੱਕ ਫੋਟੋ ਅਪਲੋਡ ਕੀਤੀ ਜਿਸ ਵਿੱਚ ਉਸਦੇ ਟਰੈਕਟਰ ਦੇ ਉੱਪਰ ਲਿਖਿਆ ਹੋਇਆ ਸੀ ਹੈ ਕੋਈ ਹੋਰ, ਅਤੇ ਕੁਝ ਕੁ ਦਿਨਾਂ ਬਾਅਦ ਆਉਂਦਾ ਹੈ ਕਰਨ ਔਜਲਾ ਦੇ ਗਾਣੇ ਦਾ ਪੋਸਟਰ ਅਤੇ ਗਾਣੇ ਦਾ ਨਾਮ ਸੀ ਹਾਂ ਹੈਗੇ ਆ। ਨਾਰਾਜ਼ ਹੋ ਜਾਂਦੇ ਜੇ ਕਰਨ ਔਜਲਾ ਦਾ ਗਾਣਾ ਲਾਓ, ਜੇ ਉਹਨਾਂ ਦਾ ਗਾਣਾ ਲਾਓ ਤੁਹਾਡੇ ਫੈਨਸ ਨਾਰਾਜ਼ ਹੋ ਜਾਂਦੇ। ਇਹ ਕੋਈ ਪਬਲਿਸਿਟੀ ਵਾਸਤੇ ਤਾਂ ਨਹੀਂ ਕੀਤਾ ਜਾ ਰਿਹਾ, ਹੋ ਸਕਦਾ ਕਿ ਇਹਨਾਂ ਦੋਵਾਂ ਨੇ ਕੋਲੈਬੋਰੇਸ਼ਨ ਕਰਨੀ ਹੋਵੇ ਫਿਊਚਰ ਦੇ ਵਿੱਚ, ਉਹਦੇ ਵਾਸਤੇ ਬਿਲਡਅਪ ਕਰ ਰਹੇ ਹੋਣ ਕਿ ਕੁਛ ਨਾ ਕੁਛ ਵਧੀਆ ਹੋਣ ਵਾਲਾ, ਤੇ ਉਹਦੇ ਵਾਸਤੇ ਸਾਰੀ ਪਬਲਿਸਿਟੀ ਹੈ। ਪਬਲਿਸਿਟੀ ਤਾਂ ਕੋਈ ਨਹੀਂ ਜੀ, ਆਪਣੇ ਵੱਲੋਂ ਤਾਂ ਕੋਈ ਪਬਲਿਸਿਟੀ ਨਹੀਂ, ਬਾਲ ਆਪਣਾ ਤਾਂ ਇਦਾਂ ਹੀ ਆ ਵੀ ਜਦ ਕੋਈ ਬੰਦਾ ਥੋੜਾ ਜਿਹਾ ਅਗਲੇ ਨੂੰ ਇਦਾਂ ਹੋ ਜਾਂਦਾ ਨਾ, ਥੋੜਾ ਅੰਡਰਐਸਟੀਮੇਟ ਕਰ ਲੈਂਦੇ ਵੀ ਇਹਨਾਂ ਦਾ ਕਿਹੜਾ ਕੋਈ ਹੈਗਾ ਨਾ, ਕੋਈ ਇੰਡੀਆ ਨਾ ਇੱਥੇ ਆ ਵੀ ਰੋਲ ਦਾਂਗੇ ਆ ਕਰ ਲਾਂਗੇ, ਇਦਾਂ ਨਹੀਂ ਕੋਈ ਰੋਲਦਾ ਹੁੰਦਾ। ਇਹ ਸਿਰਫ ਵਾਹਿਗੁਰੂ ਸੱਚਾ ਪਾਤਸ਼ਾਹ ਪਰਮਾਤਮਾ ਜੀ ਨੇ ਰੋਲਣਾ, ਸਾਨੂੰ ਕੋਈ ਬੰਦੇ ਦੀ ਜ਼ਮੀਰ ਨਹੀਂ ਹੈਗੀ ਏਡੀ ਵੀ ਸਾਨੂੰ ਕੋਈ ਅੱਗੇ ਰੋਲ ਦੂਗਾ, ਇਹ ਤਾਂ ਰੱਬ ਹੀ ਕਰਨਾ, ਜਿੱਦਣ ਕੁਛ ਹੋਣਾ ਹੋ ਜਾਣਾ ਜੀ, ਇਹਨੂੰ ਕੋਈ ਨਹੀਂ ਰੋਕ ਸਕਦਾ। ਪਰ ਮੈਨੂੰ ਇੰਨਾ ਮੇਰੇ 'ਤੇ ਯਕੀਨ ਆ ਵੀ ਕੋਈ ਕਹਿ ਦੂਗਾ ਮੈਂ ਤੈਨੂੰ ਰੋਲ ਦੂੰਗਾ ਤਾਂ ਇੰਨੀ ਛੇਤੀ ਤਾਂ ਨਹੀਂ ਮੈਂ ਰੋਲਦਾ, ਇੱਕ ਵਾਰੀ ਦਾ ਗਾਹ ਤਾਂ ਮੈਂ ਵੀ ਪਾ ਸਕਦਾ, ਕੋਈ ਚੱਕਰ ਨਹੀਂ। ਫਿਰ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਜਾਣ ਬੁੱਝ ਕੇ ਇੱਕ ਫੈਨ ਦੀ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਸ ਫੈਨ ਨੇ ਸਿੱਧੂ ਵਾਂਗੂ ਆਪਣੇ ਟਰੈਕਟਰ ਦੇ ਉੱਪਰ ਹਾਂ ਹੈਗਿਆ ਲਿਖਿਆ ਹੋਇਆ ਸੀ, ਅਤੇ ਨਾਲ ਹੀ ਕਰਨ ਔਜਲਾ ਨੇ ਕੈਪਸ਼ਨ ਪਾਇਆ ਕਿ ਮਿਹਰਬਾਨੀ ਵੀਰਿਓ ਸਵਾਦ ਲਿਆ। ਫਿਰ ਦੋਸਤੋ, ਸੋਸ਼ਲ ਮੀਡੀਆ ਤੇ ਪੂਰੀ ਫੀਲਿੰਗਾਂ ਚੱਕਦੇ ਆ ਦੋਵੇਂ ਜਣੇ ਉੱਪਰ ਸਾਰੇ ਪਾਸੇ ਗੱਲਾਂ ਹੋਣ ਲੱਗ ਗਈਆਂ ਕਿ ਕਰਨ ਔਜਲਾ ਦਾ ਜੋ ਹਾਂ ਹੈਗਿਆ ਗਾਣਾ ਰਿਲੀਜ਼ ਹੋਣ ਵਾਲਾ ਹੈ ਉਸ ਵਿੱਚ ਮੈਨੂੰ ਲੱਗਦਾ ਕਿ ਹੁਣ ਤੱਕ ਦੀ ਪੰਜਾਬੀ ਇੰਡਸਟਰੀ ਵਿੱਚ ਜੇ ਸਭ ਤੋਂ ਬਿਗੇਸਟ ਬੀਫ ਹੋਈ ਆ ਉਹ ਇਹਨਾਂ ਦੀ ਹੋਈ ਆ। ਪੱਕਾ ਕਰਨ ਔਜਲਾ ਨੇ ਸਿੱਧੂ ਨੂੰ ਰਿਪਲਾਈ ਕੀਤਾ ਹੋਣਾ, ਲੇਕਿਨ ਜਦੋਂ 26 ਜੁਲਾਈ ਨੂੰ ਹਾਂ ਹੈਗਿਆ ਗਾਣਾ ਰਿਲੀਜ਼ ਹੋਇਆ ਤਾਂ ਉਹੀ ਗੱਲ ਹੋਈ ਕਿ ਖੋਦਾ ਪਹਾੜ ਤੇ ਨਿਕਲੀ ਚੋਈ ਆ। ਗਾਣੇ ਵਿੱਚ ਕੋਈ ਵੀ ਰਿਪਲਾਈ ਕਰਨ ਔਜਲਾ ਵੱਲੋਂ ਸਿੱਧੂ ਨੂੰ ਨਹੀਂ ਦਿੱਤਾ ਗਿਆ, ਬਸ ਪੋਸਟਰ ਵਿੱਚ ਹੀ ਸੀ ਜੋ ਵੀ ਸੀ। ਉਪਦੇਹ ਨਿਭਾਣਿਆਂ ਦੇ ਸਾਡੇ ਚੰਗੇ ਦਿਨ ਨਹੀਂ ਕਿੰਨੇ ਕ ਬੈਰੀ ਨੇ ਦੱਸਾਂ ਯੂੰ ਕਿਹੜਾ ਤੇ ਕਿਹਨੇ। ਉਪਰ 26 ਜੁਲਾਈ ਨੂੰ ਹੀ ਸਿੱਧੂ ਦੇ ਵੱਲੋਂ ਉਸਦੇ ਇੰਸਟਾ ਉੱਪਰ ਇੱਕ ਪੋਸਟ ਆਈ ਕਿ 1 ਮਿਲੀਅਨ ਕਮੈਂਟ ਕਰੋ ਜੇ ਤੁਸੀਂ ਹੁਣੇ ਦੇ ਹੁਣੇ ਚਾਹੁੰਦੇ ਹੋ ਕਿ ਮੈਂ ਕੁਝ ਵੱਡੀ ਚੀਜ਼ ਯਾਨੀ ਕਿ ਨਿਰੀ ਅੱਗ ਰਿਲੀਜ਼ ਕਰਾਂ। ਲੋਕਾਂ ਨੇ ਸਿਰਫ 4 ਘੰਟੇ ਵਿੱਚ 1 ਮਿਲੀਅਨ ਕਮੈਂਟਸ ਕਰ ਦਿੱਤੇ ਅਤੇ ਸਿੱਧੂ ਨੇ ਆਪਣੇ ਡਾਕਟਰ ਗਾਣੇ ਦਾ ਪੋਸਟਰ ਰਿਲੀਜ਼ ਕਰ ਦਿੱਤਾ, ਅਤੇ ਜਦੋਂ ਇਹ ਗੱਲ ਔਜਲੇ ਕੋਲ ਪਹੁੰਚੀ ਤਾਂ ਦੇਖੋ ਉਸਨੇ ਕੀ ਕਿਹਾ। ਬਾਈ ਕਹਿੰਦਾ ਹੈਲੋ 1 ਮਿਲੀਅਨ ਕਮੈਂਟ, ਭਰਾ ਯਾਰ ਕਾਹਨੂੰ ਯਾਰ, ਅੱਧੀ ਰਾਤ ਨੂੰ ਸਾਈ ਜਾਂਦਾ ਯਾਰ, 1 ਮਿਲੀਅਨ ਕਮੈਂਟ ਯਾਰ, 2 ਮਿਲੀਅਨ ਕਰਾ ਦਈਏ, 25,000 ਰੁਪਇਆ ਲੱਗਦਾ ਇੰਡੀਆ ਦਾ, ਇਹ ਜੇ ਕੰਮ ਆਪਾਂ ਨੂੰ ਆਉਂਦੇ ਨਹੀਂ ਹੈਗੇ। ਆਪਾਂ ਕਰ ਰਹੇ ਆ ਫੁਕਰਬਾਜ਼ੀਆਂ ਵੀ ਇੰਨੇ ਆਹ ਕਰ ਦੋ ਕਰ ਦੋ, ਕੋਈ ਚੱਕਰ ਨਹੀਂ, ਆਪਾਂ ਨੂੰ ਜਿਹੜੇ ਆਉਂਦੇ ਆ 20-25,000-30,000 ਕਮੈਂਟ ਉਹਦੇ ਨਾਲ ਖੁਸ਼ ਹਾਂ ਆਪਾਂ, ਜਿੰਨੇ ਕਹਿੰਦੇ ਉਹਦੇ ਨਾਲ ਖੁਸ਼ ਹਾਂ ਆਪਾਂ, ਕੋਈ ਚੱਕਰ ਨਹੀਂ ਹੈਗਾ। ਤੁਸੀਂ ਹਲੇ 40,000 ਕਮੈਂਟ ਕਰ ਦੇਣਾ ਉਹਦੇ ਨਾਲ ਚੱਕਰ ਚੱਲ ਦਿੰਦਾ ਲੋਕਾਂ ਨੂੰ, ਤੇ ਜੇ ਅਸਲੀ ਦੇ ਮਿਲੀਅਨ ਕਰਤੇ ਤਾਂ ਫਿਰ ਕੀ ਬਣੂਗਾ। ਪਰ ਆਪਾਂ ਕਰਾਉਣੇ ਨਹੀਂ ਹੈਗੇ, ਆਪ ਆਉਣਗੇ, ਕਰਾਉਂਦੇ ਨਹੀਂ ਜੱਟ। ਔਜਲੇ ਦੀ ਇਹ ਗੱਲ ਸੁਣ ਕੇ ਸਿੱਧੂ ਨੇ ਸਟੋਰੀ ਪਾਈ ਅਤੇ ਲਿਖਿਆ ਕਿ ਮੈਨੂੰ ਪਤਾ ਲੋਕਾਂ ਨੂੰ ਪਸੰਦ ਦਾ ਕੰਪੈਰੀਜ਼ਨ ਕਰਨਾ, ਮੈਂ ਉਸ ਚੀਜ਼ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ, ਮੈਂ ਚਾਹੁੰਦਾ ਸਾਰੇ ਤਰੱਕੀ ਕਰੋ ਤੇ ਸਾਰੇ ਜਿੱਤੋ, ਕਿਉਂਕਿ ਵਿਜੇਤਾ ਹਮੇਸ਼ਾ ਦੂਜਿਆਂ ਨੂੰ ਜਿੱਤਦਾ ਦੇਖਣਾ ਚਾਹੁੰਦਾ ਹੁੰਦਾ। ਹੈਸ਼ਟੈਗ ਪੀਸ ਆਊ। 29 ਜੁਲਾਈ ਨੂੰ ਕਰਨ ਔਜਲਾ ਦਾ ਲਿਖਿਆ ਅਤੇ ਦਲਜੀਤ ਦੋਸਾਂਝ ਦਾ ਗਾਇਆ ਗੋਟ ਗਾਣਾ ਰਿਲੀਜ਼ ਹੋਣਾ ਸੀ, ਅਤੇ ਉਸ ਦਿਨ ਹੀ ਕਰਨ ਔਜਲਾ ਨੇ ਇੱਕ ਸਟੋਰੀ ਪਾਈ ਕਿ ਅੱਜ ਗੋਟ ਆਉਣਾ, ਆਪਣੇ ਵਾਲਾ ਪੋਸਟਰ ਬਾਅਦ 'ਚ ਛੱਡਾਂਗੇ, ਤੂੰ ਬਸ ਟਾਈਮ ਕੱਢ, ਵਹਿਮ ਤਾਂ ਅਸੀਂ ਕੱਢਾਂਗੇ। ਬੰਬ ਟਰੈਕ ਸੀ ਬੰਬ। 3 ਅਗਸਤ ਨੂੰ ਆਇਆ ਸਿੱਧੂ ਦਾ ਗਾਣਾ ਡਾਕਟਰ, ਨਾਲ ਹੀ ਕਰਨ ਔਜਲਾ ਨੇ ਹੁਕਮ ਗਾਣੇ ਦਾ ਪੋਸਟਰ ਉਸ ਦਿਨ ਹੀ ਰਿਲੀਜ਼ ਕਰ ਦਿੱਤਾ। ਠੀਕ ਹੈ ਨਾ, ਕੋਈ ਰੌਲਾ ਨੀ, ਸਾਡੇ ਨਾਲ ਗੱਲ ਕਰਨੀ ਜਿਹਨੇ ਵਹਿਮ ਕੱਢਣੇ, ਕੋਈ ਇਸ਼ੂ ਵਾਲੀ ਗੱਲ ਨੀ। ਆਪਾਂ
बहुत लोग कहते हैं कि करण औजला के गाने सिद्धू नूं रिप्लाई करके चलते हैं, जिवें चिट्टे कुड़ दे गाने विच उसने धक्के गाने दा रिप्लाई कीता सी अते धक्के गाने नाल वध व्यू हासिल कर ले। इस चीज बारे सिद्धू दे की विचार सन तुसी आप ही देखो, सब नूं देख रहा, ठीक है ना, सारी दुनिया नूं देख रहा, कौन की जदी है जे कहंदे ने यार कोई थोड़ा टाइम दा चुप होया गाने चलण हट जांदे लोक, कदे वी डालिंग ना मैं ए नहीं कहंदा मेरे सिर थोड़ा देर कहंदा चुप हो जे गाने चलण हट जांदे लोकां दे तो लोग रिप्लाई देण हट जी, बस किते ना किते सिद्धू दी जो फेम जो सिद्धू नूं मिलिया सीगा ओहदा किते ना किते फायदा करण नूं होया, ठीक है, सब नूं मनना पएगा क्योंकि जो वार्निंग शॉट्स गाना आया सी उदों लोकां ने बहुत सारे ने जाके करण बारे भी सुनिया सीगा, क्योंकि करण दा गाना एक्चुअली जो गाना हिट होया सी ओह अपना किहड़ा सीगा यार ओह मैं भुल गया, डोंट वरी सॉरी, है ना, डोंट वरी ओह बाद चों हिट होया सीगा आई थिंक सिद्धू दे सो हाई तों, क्योंकि उदों लड़ाई लड़ूई जी इहनां दी थोड़ी स्टार्ट हो गई सी ते उस तों बाद काफ़ी हद तक लोगों को थोड़े टाइम बाद पता लग्या सीगा कि करण औजला कौन आ। सो ये आपां नहीं कह सकते कि करण नूं फायदा नहीं होया जां सिद्धू नूं फायदा नहीं होया, फायदा दोवां नूं एक दूजे की बीफ नाल पूरा होया, करण दे फैनज़ नूं सिद्धू बारे पता लग्या, सिद्धू दे फैनज़ नूं करण बारे पता लगा, सो कितें ना कितें बीफ क्रिएट हुंदी सीगी ते दोवें इधरले फैनज़ भी उधरला गाना सुनणगे कि उधरले भी इधरला सुनणगे, सो उस हिसाब नाल ग्रोथ वधदी गई। मौके ते चौका मारदे हुए उस टाइम बब्बू मान दे गीत चलाए अते बब्बू मान नूं सपोर्ट कीती। इन्ना ही नहीं, करण औजला ने एक स्टोरी भी शेयर की जिस विच लिखा होया सी कि सानू पुराने खुंडा नूं बेइज्जत करन तों पहला साडे पुराने टाइम बारे पता कर लो, सानू हजे भी वो काम करने आउंदे आ जो असीं पहला करदे हुंदे सी, यानी कि थोड़े वर्गां नूं टिकाउणा सानू अज भी आउंदा। दसंबर दे महीने किसानी अंदोलन वेले करण औजला अते सिद्धू मूसेवाला दोनों ने ही एक दूजे की सपोर्ट की अते कहा कि जिथे गल पंजाब दी आ असीं इकट्ठे आ, उदा चाहे साडे आपस विच लख रौले चली जाण। यार कई बंदे मेरे ते नेगेटिव अटैकियां लई, मैं नेगेटिव सी हणा वी यार इह आए आए आ वी चल ठीक है आपस आपस ही बखरे में यार साडा इट कुत्ते दा उधर वी मैं वी साडी चाहे जमा इट कुत्ते दा किसे नाल बैर है, इत्थे साडे नाल कोई बाहरले बंदे दी गल है उत्थे असीं इकट्ठे आ, होवे चाहे जिहड़ा मर्जी बंदा होवे, चाहे जमा मैं असीं चाकणा वी ना पसंद करीए उहदे बन्नी हणा, पर ओह गल्लां बाद दीआं ने, जिथे साडे ते कोई बाहरला हवा करू असीं नहीं करन देवांगे। जिहड़े पंजाब दे कलाकार भरा ने सारे असीं चाहे ऊं जिन्ना मर्जी सारे चलदा ना, पर इत्थे गल साडे पंजाब दी हैगी किसानी दी हैगी, उत्थे ही सारे इकट्ठे आ ते इकट्ठे हुंदे रहांगे। फिर दोस्तो नाइस नाइस, मैं तुहानूं उही गल कही आ ना कि स्वाद लिया करो, चिल रहा करो, किसी का किसी नाल कोई अंदरों अंदर ही कोई वो नहीं है कि हाँ रोटी खा रहा है कोई एक दूजे की, हर बंदा अपनी ही रोटी खा रहा है। 4 फरवरी नूं आउंदा है करण औजला दा हुक्म गाना, जिस विच कि कुछ रिप्लाई कीते गए करण औजला वल्लों सिद्धू मूसेवाले नूं, आओ कट्ठे हो घेरदे आ तां वी दबे ना ऐनी भरी है यो तैया तसान च, फरवरी के महीने जदों करण औजला ते बब्बू मान दी इकट्ठियां दी तस्वीरां अते वीडियोस वायरल होईयां तां सिद्धू ने अपने स्नैपचैट विच खुद एक फोटो पा के कैप्शन लिखिया एक इकट्ठे होके भी कुछ नहीं ते असीं कल्ले ही बहुत कुछ आ, दुनिया ते साडे विच इही फर्क आ। ਸਿੱਧੂ ਕਰਨ ਦੀ ਨਹੀਂ ਛੱਡਦਾ, ਕਰਨ ਸਿੱਧੂ ਦੀ ਨਹੀਂ ਛੱਡਦਾ ਹੈਗਾ, ਮਤਲਬ ਜਦੋਂ ਕਿਤੇ ਮੌਕਾ ਮਿਲ ਜਾਏ ਕਿ ਇੱਥੇ ਤਵਾ ਲੱਗ ਸਕਦਾ ਨਾ ਦੇ ਨਾਲ ਲਾ ਦਿੰਦੇ ਨੇ। फिर दोस्तों सोशल मीडिया के उपर करण औजला वसी अमृत मान का मुद्दा उठ गया, क्योंकि करण औजला ने दिल दी गल्लां शो विच अमृत मान खिलाफ कंट्रोवर्शियल बयान दे दिता सी, जेड़ी तुसी फॉलोइंग लिरिसिस्ट को लेना चाहोगे, जानी शायरी सतेंद्र सरताज ओ द पॉजिटिविटी जेड़ी उनां दे लिरिक्स च, अमृत मान कुछ भी नहीं, अमृत मान कुछ भी नहीं। इस दे जवाब
ਮਤਲਬ ਮੈਨੂੰ ਨਾ ਮੈਂ ਕੁਛ ਕਿਸੇ ਆਰਟਿਸਟ ਦੀ ਡਿਸਰਿਸਪੈਕਟ ਨਹੀਂ ਕਰ ਰਿਹਾ, ਬਟ ਮੈਨੂੰ ਉਹ ਜਿਹੜਾ ਇੱਕ ਵਰਡ ਬੋਲਿਆ ਨਾ ਕੁਛ ਵੀ ਨਹੀਂ, ਉਹ ਐਕਚੁਅਲ ਰੈਪਿਡ ਫਾਇਰ ਵਾਲੀ ਫੀਲ ਸੀਗੀ ਪੂਰੀ। ਜਵਾਬ ਵਿੱਚ ਅੰਮ੍ਰਿਤ ਮਾਨ ਨੇ ਪੋਸਟ ਪਾਈ ਅਤੇ ਲਿਖਿਆ ਕਿ ਕੱਲ੍ਹ ਦੇ ਜਵਾਕ ਰਿਪਲਾਈ ਭਾਲਦੇ, ਮੁੱਛਾਂ ਦੀ ਗਰੋਥ ਲਈ ਦਵਾਈ ਭਾਲਦੇ। ਫਿਰ ਕਰਨ ਔਜਲਾ ਨੇ ਅੰਮ੍ਰਿਤ ਮਾਨ ਨੂੰ ਰਿਪਲਾਈ ਕੀਤਾ ਕਿ ਮਿਰਚ ਲੜ ਗਈ। ਇਸ ਦੌਰਾਨ ਸਿੱਧੂ ਮੂਸੇਵਾਲੇ ਨੇ ਅੰਮ੍ਰਿਤ ਮਾਨ ਦੀ ਸਪੋਰਟ ਵਿੱਚ ਸਟੋਰੀ ਪਾ ਕੇ ਲਿਖਿਆ ਕਿ ਸੋਚ ਕੇ ਕਰਿਆ ਕਰੋ ਬੁਰਾਈ ਸਾਡੀ, ਜਿਸ ਨੂੰ ਤੁਸੀਂ ਜਾ ਕੇ ਮਿਲਦੇ ਹੋ ਉਹ ਸਾਨੂੰ ਆ ਕੇ ਮਿਲਦੇ ਆ। 11 ਮਾਰਚ 2021 ਨੂੰ ਸਿੱਧੂ ਨੇ ਆਪਣੀ ਐਲਬਮ ਮੂਜ਼ ਟੇਪ ਦੇ ਪਹਿਲੇ ਗਾਣੇ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਅਪਲੋਡ ਕੀਤਾ ਅਤੇ ਗਾਣੇ ਦਾ ਨਾਮ ਸੀ ਬਿਚ ਆਈ ਐਮ ਬੈਕ, ਕਿ ਮੈਂ ਵਾਪਸ ਆ ਗਿਆ। ਫਿਰ 29 ਅਪ੍ਰੈਲ ਨੂੰ ਸਿੱਧੂ ਮੂਸੇਵਾਲੇ ਨੇ ਮੂਜ਼ ਟੇਪ ਦਾ ਟੀਜ਼ਰ ਅਪਲੋਡ ਕਰਕੇ ਉਸ ਦੇ ਐਂਡ ਵਿੱਚ ਦੱਸਿਆ ਕਿ ਉਸ ਦੀ ਐਲਬਮ 15 ਮਈ ਨੂੰ ਆ ਰਹੀ ਹੈ ਅਤੇ ਨਾਲ ਹੀ ਕੁਛ ਦਿਨ ਬਾਅਦ ਕਰਨ ਔਜਲਾ ਨੇ ਅਨਾਊਂਸਮੈਂਟ ਕਰ ਦਿੱਤੀ ਕਿ 16 ਮਈ ਨੂੰ ਉਹ ਵੀ ਕੁਛ ਵੱਡਾ ਰਿਲੀਜ਼ ਕਰਨ ਜਾ ਰਿਹਾ ਜੋ ਕਿ ਤੁਸੀਂ ਕਦੇ ਨਹੀਂ ਸੋਚਿਆ ਹੋਣਾ। ਸਾਰੇ ਜਣਿਆਂ ਦੇ ਬਹੁਤ ਮੈਸੇਜ ਆ ਰਹੇ 16 ਤਰੀਕ ਨੂੰ ਕੀ ਹੋ ਰਿਹਾ, ਐਲਬਮ ਆ ਰਹੀ ਹੈ ਜਾਂ ਕਿਤਾ, ਐਲਬਮ ਆਏ ਨਹੀਂ ਛੱਡਦੇ ਆਪਾਂ, ਐਲਬਮ ਕਿਸੇ ਗੱਲ ਨਾਲ ਆਊਗੀ। 16 ਤਰੀਕ ਨੂੰ ਕੁਛ ਆ ਰਿਹਾ, ਇਟਸ ਗੋਇੰ ਟੂ ਬੀ ਸਮਥਿੰਗ ਦੈਟ ਯੂ ਗਾਇਸ ਹੈਵਨਟ ਸੀਨ ਯੇਟ। 15 ਮਈ ਨੂੰ ਸਿੱਧੂ ਦਾ ਗਾਣਾ ਆਇਆ ਬਿਚ ਆਈ ਐਮ ਬੈਕ, ਕਿ ਮੈਂ ਵਾਪਸ ਆ ਗਿਆ ਹਾਂ, ਤੇ 16 ਮਈ ਨੂੰ ਕਰਨ ਔਜਲਾ ਆਪਣੀ ਐਲਬਮ ਯਾਨੀ ਕਿ ਬੈਕ ਦਾ ਫੱਕ ਅਪ ਦਾ ਪੋਸਟਰ ਰਿਲੀਜ਼ ਕਰ ਦਿੰਦਾ ਹੈ, ਜਿਸ ਦੇ ਨਾਮ ਦਾ ਮਤਲਬ ਸੀ ਕਿ ਜਿੱਥੋਂ ਆਏ ਹੋ ਉੱਥੇ ਮੁੜ ਜਾਓ। ਨਾਲ ਹੀ ਕਰਨ ਔਜਲਾ ਨੇ ਕੈਪਸ਼ਨ ਵਿੱਚ ਸਿੱਧੂ ਮੂਸੇਵਾਲੇ ਦਾ ਮਜ਼ਾਕ ਉਡਾਇਆ ਕਿਉਂਕਿ ਸਿੱਧੂ ਮੂਸੇਵਾਲੇ ਨੇ 23 ਅਪ੍ਰੈਲ ਨੂੰ ਆਪਣੀ ਐਲਬਮ ਦਾ ਟੀਜ਼ਰ ਰਿਲੀਜ਼ ਕਰਨ ਲਈ 5 ਮਿਲੀਅਨ ਕਮੈਂਟਸ ਦੀ ਮੰਗ ਕੀਤੀ ਸੀ। ਕਰਨ ਔਜਲਾ ਨੇ ਕੈਪਸ਼ਨ ਵਿੱਚ ਲਿਖਿਆ ਕਿ 10 ਕਮੈਂਟ ਕਰੋ ਤੇ ਅਸੀਂ ਐਲਬਮ ਦੀ ਇੰਟਰੋ ਦੀ ਰਿਲੀਜ਼ ਡੇਟ ਦੱਸ ਦੇਵਾਂਗੇ। 10 ਕਮੈਂਟ, ਹਾਂ ਹਾਂ ਹਾਂ, ਯਾਨੀ ਕਿ ਇੱਕ ਤਰੀਕੇ ਨਾਲ ਸਿੱਧੂ ਦਾ ਮਜ਼ਾਕ ਉਡਾਇਆ। ਮਤਲਬ ਓਕੇ, ਸੋ ਇਹ ਕਾਈਂਡ ਆਫ ਥੋੜ੍ਹਾ ਬਹੁਤਾ ਇਹਨਾਂ ਦਾ ਛੇੜਖਾਨੀ ਚੱਲਦੀ ਰਹੀ ਹੈ ਇੱਕ ਦੂਜੇ ਦੇ ਖਿਲਾਫ, ਅਤੇ ਨਾਈਸ ਲੱਗਿਆ। ਹੁਣ ਵੀ ਮਤਲਬ ਮੇਰੇ ਹਿਸਾਬ ਨਾਲ ਹੁਣ ਵੀ ਹੋਈ ਹੋਊਗੀ ਆ ਥੋੜ੍ਹੀ ਲੇਟੈਸਟ ਗੱਲਬਾਤ, ਹੁਣ ਵੀ ਚੱਲ ਹੀ ਰਹੀ ਆ ਅਤੇ ਦੇਖਦੇ ਹਾਂ ਕਦੋਂ ਵੀਡੀਓ ਬਣ ਕੇ ਸਾਡੇ ਸਾਹਮਣੇ ਆਉਂਦੀ ਆ। ਅਤੇ ਨਾਈਸ ਯਾਰ, ਕੋਮਲ, ਮਜ਼ਾ ਆਉਂਦਾ ਦੇਖ ਕੇ, ਹਾਸਾ ਆਉਂਦਾ ਦੇਖ ਕੇ, ਥੋੜ੍ਹੀ ਮਜ਼ਾ ਆਉਂਦਾ। ਬਸ ਇਹੀ ਗੱਲ ਮੈਂ ਕਹੂੰਗਾ ਵਾਰ ਵਾਰ ਕਿ ਮਜ਼ੇ ਲਿਆ ਕਰੋ, ਕੋਮੇਡੀ ਯਾਰ ਫਨੀ ਚੀਜ਼ ਆ, ਉਹ ਬੀਫਸ ਫਨੀ ਹੁੰਦੇ ਨੇ, ਠੀਕ ਹੈ। ਜਦੋਂ ਤੱਕ ਕਿਸੇ ਦੇ ਮਾਂ ਭੈਣ ਬਾਰੇ ਜਾਂ ਕੁਛ ਗਲਤ ਨਹੀਂ ਬੋਲਿਆ ਜਾਂਦਾ ਉਦੋਂ ਤੱਕ ਬੀਫਸ ਫਨੀ ਹੁੰਦੇ ਨੇ, ਮੈਨੂੰ ਫਨੀ ਲੱਗਦੇ ਪਰਸਨਲੀ, ਠੀਕ ਹੈ। ਅਤੇ ਦੈਟਸ ਆਲ, ਮਿਲਦੇ ਛੇਤੀ ਨਵੇਂ ਰਿਐਕਸ਼ਨ। ਸਤਿ ਸ਼੍ਰੀ ਅਕਾਲ।